ਇਹ ਖਾਨ ਸਾਹਿਬ ਮਜ਼ਾਕ ਲੱਗੇ ਆ ਆ ਬਿਲਕੁਲ ਮੈਂ ਸਿੱਖਿਆ ਇਹਨਾਂ ਕੋਲੋਂ ਨਹੀਂ ਬਿਲਕੁਲ ਇਹਨਾਂ ਕੋਲੋਂ ਸਿੱਖਿਆ ਹੁੰਦਾ ਤਾਂ ਤੇਰਾ ਬੇੜਾ ਕਿੰਨਾ ਗਰਕ ਹੋ ਜਾਂਦਾ ਉਹ ਜੇ ਬੱਚੇ ਭੁੱਖੇ ਨੇ ਨਾ ਮਾਂ ਨੇ ਇਹਨਾਂ ਕੰਮ ਵਟਾ ਲਾ ਬਿਲਕੁਲ ਜਾ ਇਹਨੂੰ ਉਸਤਾਦ ਫੜ ਲਾ ਖਲੋਂਦਾ ਤੂੰ ਇੰਜ ਆ ਵੀ ਜਿਵੇਂ ਠਾਠ ਆਜ਼ਾਦ ਕੀਤੇ ਆ ਤੂੰ ਬਹਿ ਜਾ ਉੱਥੇ ਖਲੋਂਦਾ ਇੰਜ ਕਰ ਗਏ ਆ ਮੁੱਕਾ ਪਤਾ ਨਹੀਂ ਕਿਦਣਾ ਰੱਖਿਆ ਤੂੰ ਬਹਿ ਜਾ ਉੱਥੇ ਲੈ ਹੋਰ ਵਗੜਾ ਦੇ ਗੱਲਾਂ ਖਾ ਸਾਹਿਬ ਤੁਹਾਨੂੰ ਮਰੇ ਬੰਦੇ ਦੇ ਕੱਪੜੇ ਬੜੇ ਸੋਹਣੇ ਲੱਗਦੇ ਵੈਸੇ ਬੱਲੇ ਬੱਲੇ ਪੂਰੇ ਸਜੇ ਪਏ ਹੋ ਤੁਸੀਂ ਚਲ ਫਿਰ ਮਰ ਜਾ ਮੈਨੂੰ ਇੱਕ ਹੋਰ ਸੂਟ ਚਾਹੀਦਾ ਕੀ ਕਹਿੰਦੇ ਕੀ ਕਹਿੰਦੇ ਅੱਛਾ ਮੈਂ ਇੱਕ ਗੱਲ ਦੱਸਾਂ ਚਾਚੇ ਖਾ ਹਾਂ ਇਹਦੀ ਸ਼ਕਲ ਵੇਖ ਕੇ ਪਤਾ ਕੀ ਲੱਗਦਾ ਇਹ ਅਰਬੀ ਜਲਾ ਦੇ ਤੇ ਤੰਦੂਰ 'ਚ ਫਾਂਸੀਆਂ ਦਿੰਦਾ ਲੱਖ ਦੀ ਦਰਦੀ ਵਿਟੇ ਤੰਦੂਰ 'ਚ ਕਿਹੜੀ ਫਾਂਸੀ ਕਮਲਿਆਂ ਵਾਲੀ ਗੱਲ ਕਰਤੀ ਖੁਦਕੁਸ਼ੀ ਕਰਨ ਚੱਲਾ ਕਰੋ ਤੇ ਰਸਤੇ 'ਚ ਆਪਣੇ ਮਿਹਦੇ ਦੀ ਦਰਦ ਦੀ ਦਵਾਈ ਵੀ ਲੈ ਲਈ ਲੈ ਵੀ ਜਦੋਂ ਤੂੰ ਖੁਦਕੁਸ਼ੀ ਕਰਨੀ ਸੀ ਤਾਂ ਮਾਮਾ ਹੀਰ ਦੇ ਆ ਤੂੰ ਦਵਾਈ ਕਾਤੋਂ ਲਈ ਓ ਯਾਰ ਮੈਂ ਕਿਹਾ ਜਦੋਂ ਜਾਣਾ ਜੇ ਉੱਤੇ ਆ ਉਹਦੀ ਅਮਾਨਤ ਆ ਇਹ ਜ਼ਿੰਦਗੀ ਉਹਦੇ ਵਿੱਚ ਖਜ਼ਾਨਤ ਕਰ ਤੋਂ ਕਰਨੀ ਪੂਰੇ ਤੰਦਰੁਸਤ ਹੋ ਕੇ ਮਰੋ ਓਹੋ ਜਾਨੀ ਖਾਂ ਅੱਛਾ ਇੱਕ ਦਿਨ ਮੈਂ ਇਹਦੇ ਘਰ ਗਿਆ ਅਲਾਰਮ ਲਾਇਆ ਮੈਂ ਕਿਹਾ ਕਾਹਦਾ 2 ਵਜੇ ਦਾ ਅਲਾਰਮ ਲਾਇਆ ਕਹਿੰਦਾ ਖੁਦਕੁਸ਼ੀ ਕਰਨੀ ਐਵੇਂ ਆਖਣਾ ਖੁੱਲੇ ਫਾਇਦਾ ਕੀ ਹਾਂ ਤੇ ਖੁਦਕੁਸ਼ੀ ਕਰਨ ਵਾਸਤੇ ਅਲਾਰਮ ਲਾਇਆ ਫੇਰ ਟੇਮੂ ਅੱਛਾ ਕੋਈ ਉਹਦੇ ਆਪਣੇ ਉਹਦਾ ਆਪਣਾ ਵਿਚਾਰੇ ਦਾ ਇਹ ਹਾਲ ਆ ਜਾਨੀ ਬਾਦਸ਼ਾਹ ਜਿਹਨੂੰ ਤੂੰ ਦੱਸਣ ਡਿਆ ਵਾ ਬਿੱਲ ਆ ਗਏ ਇਹਨਾਂ ਦੇ ਘਰ ਜ਼ਿਆਦਾ ਖਾਨ ਸਾਹਿਬ ਦੇ ਫੁੱਲ ਮੂਡ ਬਣ ਗਿਆ ਵੀ ਅੱਜ ਖੁਦਕੁਸ਼ੀ ਹੋਏਗੀ ਇਹਨੇ ਬਾਬਾ ਜੀ ਰੱਸਾ ਲਾ ਲਿਆ ਥੱਲੇ ਸਟੂਲ ਰੱਖ ਲਿਆ ਚੜ ਗਿਆ ਗਲਾ ਪਾ ਲਿਆ ਇੰਜ ਕਰਕੇ ਥੱਲਿਓਂ ਖਸਕਾਉਣ ਹੀ ਲੱਗਾ ਵਾ ਤੇ ਬਾਹਰੋਂ ਕਿਸੇ ਨੇ ਕਹਿਤਾ ਕੁੜੀਓ ਬਾਲੋ ਚੀਜ਼ ਵੰਡੀ ਦੀ ਲਈ ਜਾਓ ਇਹਨੇ ਫੌਰੀ ਰੱਸਾ ਛੱਡਿਆ ਪਹਿਲੋ ਚੀਜ਼ ਵੰਡੀ ਦੀ ਲੈਣ ਗਿਆ ਨਹੀਂ ਤਾਂ ਭੁੱਖੇ ਢਿੱਡ ਮਰਨਾ ਜ਼ਿਆਦਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਇਹ ਵੀ ਖੁਦਕੁਸ਼ੀ ਕਰਨ ਲੱਗਾ ਖੁਦਕੁਸ਼ੀ ਕਰਨ ਤੋਂ ਪਹਿਲੋਂ ਵੀਡੀਓ ਬਣਾਉਣ ਡਿਆ ਵੀਡੀਓ ਪੈਗਾਮ 'ਚ ਐਂਡ ਤੇ ਕਹਿੰਦਾ ਸਾਰੇ ਦੋਸਤ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਨਹੀਂ ਮਰਨ ਤੋਂ ਬਾਅਦ ਕੀ ਕਰਨਾ ਸੀ ਤੂੰ ਫਿੱਟੇ ਮੂੰਹ ਇਹਦਾ ਵੀ ਦਿਲ ਕਰ ਪਿਆ ਜਾਨੀ ਬਾਸ਼ਾ ਖੁਦਕੁਸ਼ੀ ਕਰਨ ਨੂੰ ਰੋਟੀ ਬੰਨ ਕੇ ਤੇ ਲੈਣਾ ਤੇ ਚਲਾ ਗਿਆ ਕਿਉਂ ਖੁਦਕੁਸ਼ੀ ਕਰਨ ਲਈ ਮੈਂ ਕਿਹਾ ਤੂੰ ਰੋਟੀ ਬੰਨ ਕੇ ਲੈਣਾ ਤੇ ਕਾਹਤੋਂ ਬੈਠਾ ਖੁਦਕੁਸ਼ੀ ਕਰਨੇ ਤੇ ਟ੍ਰੇਨ ਲੇਟ ਵੀ ਹੋ ਸਕਦੀ ਆ ਕਹਿੰਦਾ ਭਰਾ ਰੋਟੀ ਖਾ ਕੇ ਮਰ ਜਾਾਂਗੇ ਤਾਜੀ ਇਹ ਖੁਦਕੁਸ਼ੀ ਵੀ ਕਰਨ ਗਿਆ ਅੱਛਾ ਬਦਮਾਸ਼ ਹਾਂ ਜੀ ਅੱਛਾ ਖੁਦਕੁਸ਼ੀ ਕਰਨ ਗਿਆ ਤੇ ਨਾਈਟ ਕਰੀਮ ਲਾ ਕੇ ਜਾਂਦੇ ਆ ਓਏ ਜੀ ਓਏ ਤੂੰ ਵੀ ਐਸੇ ਠੀਕ ਮੈਨੂੰ ਬਹੁਤ ਦੁੱਖ ਦਾ ਤੂੰ ਮੋਹਤ ਦੀ ਕੁਰਸੀ ਤੇ ਬਹਿ ਕੇ ਚਾਹ ਇੱਕ ਨੀ ਪੀਤੀ ਤੂੰ ਸਵੇਰ ਦੀ ਪੈਸੇ ਤੂੰ ਨੀ ਦਿੰਦਾ ਦੁਆ ਕਰ ਕੋਈ ਬੰਦਾ ਮਰਨ ਦਾ ਆਰਡਰ ਆ ਜਾਏ ਲੈ ਇਹ ਕਿਹੜਾ ਕੰਮ ਆ ਤੂੰ ਭਾਜੀ ਉਹ ਇਹੋ ਜਿਹੀਆਂ ਦੁਆਵਾਂ ਕਰ ਕਰਕੇ ਆਪਣੇ ਘਰ ਦੇ ਸਾਰੇ ਉਹਨੇ ਬਚਾਏ ਐ ਕਿਦੋਂ ਭਲਾ ਕਿਦਾਂ ਕਿਉਂਕਿ ਉਹ ਕਹਿੰਦਾ ਕੋਈ ਬੰਦਾ ਮਰ ਜੇ ਬੰਦਾ ਇੱਕ ਵੀ ਨਹੀਂ ਖਾਨਦਾਨ ਚ ਅੱਛਾ ਚਾਚੇ ਖਾ ਕੱਲ ਯੂਸੀ ਆਪਣੀ ਬੁੱਢੀ ਕੋਲੋਂ ਛਿੱਤਰ ਖਾ ਕੇ ਬਾਹਰ ਆ ਕੇ ਕਹਿਣ ਡਿਆ ਜ਼ਿੰਦਗੀ ਗੁਲਜ਼ਾਰ ਹੈ ਓਏ ਜੀ ਆ ਖਾ ਸਾ ਮਹਾਸਾ ਤਈ ਬੜੀ ਗੱਲ ਆ ਵੀ ਨਹੀਂ ਵੀ ਯੂਸੀ ਖਾਨ ਤੈਨੂੰ ਦੁਨੀਆ ਤੋਂ ਜਾਣ ਤੇ ਕਿੰਨਾ ਕੁ ਟਾਈਮ ਲੱਗੂ ਹਾਲੇ ਮੈਨੂੰ ਥੋੜਾ ਜਿਹਾ ਦੁਨੀਆ ਤੇ ਕੰਮ ਨੇ ਮੈਨੂੰ ਲੱਗਦਾ ਮੈਂ ਤੁਹਾਡੇ ਮਰੇ ਤੇ ਪਹੁੰਚਣਾ ਵਾ ਲਿਸਟ ਆਪਣੀ ਕੰਮਾਂ ਦੀ ਜਵਾਨੀ ਨੂੰ ਦੇ ਜਾ ਤੇ ਮਰ ਜਾ ਇਹਨੂੰ ਇੱਕ ਬੱਚੇ ਨੇ ਕੱਲ ਚੈਲੰਜ ਕੀਤਾ ਕਾਹਦਾ ਉਹਨੇ ਕਿਹਾ ਤੇਰੇ ਨਾਲ ਫਾਈਟ ਆ ਮੇਰੀ 2 ਦਿਨ ਹੋ ਗਏ ਇੱਥੇ ਲੁਕਿਆ ਬੜਾ ਵੱਡਾ ਬਦਮਾਸ਼ ਹੋਇਆ ਭਾਈ ਇੱਕ ਦਿਨ ਘਰ ਚੋਂ ਬਾਹਰ ਨਿਕਲਿਆ ਤੇ ਨੱਠ ਕੇ ਵਾਪਸ ਆ ਗਿਆ ਕਿਉਂ ਕਹਿੰਦਾ ਬਾਹਰ ਚੂਚੇ ਫਿਰਦੇ ਡਰ ਗਿਆ ਜਾਨੀ ਖਾ ਇੱਕ ਦਿਨ ਇਹਨੂੰ ਸੱਪ ਲੜ ਗਿਆ ਸੱਪ ਆਕੜ ਕੇ ਸਿੱਧਾ ਖਲੋ ਗਿਆ ਹੋਲੀ ਇੰਜ ਕਰਕੇ ਇੰਜ ਕਰਕੇ ਉਸ ਤੋਂ ਡਿੱਗ ਕੇ ਮਰ ਗਿਆ ਓਏ ਹੋਏ ਓਏ ਬੜਾ ਬੇਵਕੂਫ ਇਹਨੂੰ ਸੱਪ ਲੜ ਗਿਆ ਤੇ ਕਿਸੇ ਡਾਕਟਰ ਕੋਲ ਨਹੀਂ ਗਿਆ ਆਪਣੇ ਢਿੱਡ ਤੇ ਗਲਾਸ ਰੱਖ ਕੇ ਉੱਤੇ 2 ਇੱਟਾਂ ਰੱਖ ਕੇ ਜ਼ਹਿਰ ਕੱਢਣ ਡਿਆ ਬੜਾ ਪਾਗਲ ਜ਼ਹਿਰ ਕਿ ਉਹ ਖਾਨ ਸਾਹਿਬ ਉਹ ਅੱਜ ਪੈ ਖਾਨ ਸਾਹਿਬ ਉਹ ਬਿਟੇ ਮੋਟ ਪੈ ਆ ਜਾ ਖਾਨ ਸਾਹਿਬ ਨੂੰ ਫੇਰ ਇੱਕ ਦਿਨ ਸੱਪ ਲੜ ਗਿਆ ਉਹ ਇੰਜ ਕੀਤਾ ਉਹਨੇ ਖਾਨ ਸਾਹਿਬ ਨੂੰ ਲੜਨ ਤੋਂ ਬਾਅਦ ਇੰਜ ਕਰਨ ਲੱਗ ਪਿਆ ਉਸ ਨੇ ਵੀ ਸੱਪ ਲੜਿਆ।
ਤੇ ਯੂਸੀ ਦੇ ਸੱਪ ਲੜਨ ਲਈ ਪਹਿਲੋ ਸੱਪ ਨੇ ਫਨ ਐ ਕੀਤਾ, ਫਿਰ ਉਹਨੇ ਫਨ ਸਿੱਧਾ ਕਰਕੇ ਐ ਕਰ ਸੱਪ ਨੇ ਡੰਗ ਮਾਰੇ ਤੇ ਯੂਸੀ ਚਲ ਗਿਆ ਤੇ ਸੱਪ ਡੰਗ ਮਾਰ ਕੇ ਐ ਕਰੀ ਜਾ ਰਿਹਾ। ਯੂਸੀ ਨੂੰ ਸੱਪ ਲੜਿਆ ਤੇ ਅੰਨਾ ਹੋ ਗਿਆ ਸੱਪ, ਤੇ ਦੂਜੀ ਵਾਰੀ ਡੰਗ ਯੂਸੀ ਤੇ ਖੜਾ ਇਧਰ ਇੰਜ ਕਰੀ ਜਾ ਰਿਹਾ ਕਿ ਕਿੱਥੇ ਗਿਆ। ਯੂਸੀ ਨੂੰ ਸੱਪ ਲੜਿਆ ਤੇ ਲੜ ਕੇ ਕਹਿੰਦਾ, ਇਸ ਦਿਨ ਤੋਂ ਪਹਿਲੇ ਮੈਂ ਮਰ ਕਿਉਂ ਨਹੀਂ ਗਿਆ। ਓਏ ਹੋਏ ਓਏ। ਅੱਛਾ ਯੂਸੀ ਨੇ ਸੱਪ ਲੜਿਆ ਤੇ ਬਾਕੀ ਸੱਪਾਂ ਨੂੰ ਜਾ ਕੇ ਕਹਿ ਰਿਹਾ, ਡੋਂਟ ਟ੍ਰਾਈ ਦਿਸ ਐਟ ਹੋਮ। ਇੱਕ ਮੋਟਾ ਜਿਹਾ ਸੱਪ ਆਇਆ, ਉਹਨੇ ਅਸਦਹਾ ਉਹਨੇ ਠਾ ਡੰਗ ਮਾਰਿਆ ਤੇ ਜਿਵੇਂ ਪਕਾਨਾ ਨੀ ਵਾਹ ਭਰ ਕੇ ਛੱਡੋ ਤੇ ਇੰਜ ਜਾਂਦਾ, ਉਹ ਡੰਗ ਮਾਰ ਕੇ ਨਾਲ ਦੇ ਉਹਦੀ ਛੱਤ ਤੇ ਡਿੱਗ ਗਿਆ, ਖਾਲੀ ਹੋ ਗਿਆ। ਓਏ 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 ਓਏ। ਯੂਸੀ ਨੇ ਇੱਕ ਸੱਪ ਨੂੰ ਲੜਿਆ, ਯੂਸੀ ਨੇ ਇੱਕ ਸੱਪ ਲੜਿਆ ਤੇ ਸੱਪ ਬੁੱਢਾ ਹੋ ਗਿਆ, ਹੁਣ ਉਹ ਤੇ ਕਚਹਿਰੀ ਬਾਜ਼ਾਰ ਲੈਸਾਂ ਲਾਉਂਦਾ। ਤਾਜੀ ਯੂਸੀ ਨੂੰ ਇੱਕ ਸੱਪ ਨੇ ਘੇਰਾ ਪਾ ਲਿਆ ਪੂਰੇ ਜਿਸਮ ਤੋਂ, ਉਹ ਇਹਦੇ ਸੇਕ ਨਾਲ ਉਹ ਵਿਚਾਰਾ ਪਾਟ ਗਿਆ। ਖਾਨ ਸਾਹਿਬ ਨੂੰ ਸੱਪ ਲੜਨ ਆਇਆ, ਉਹਨੇ ਇੰਜ ਕੀਤਾ ਤੇ ਖਾਨ ਸਾਹਿਬ ਇੱਥੋਂ ਪੜ ਕੇ ਇਹਨਾਂ ਨੂੰ ਇੰਜ ਕਰ ਲਿਆ। ਬੜਾ ਪਾਗਲ ਆ, ਇੱਕ ਸੱਪ ਇੰਜ ਕਰਕੇ ਫਿਰ ਹੁੰਦੇ ਆ, ਉਹਦੇ ਅੱਗੇ ਸਿਰ ਕਹਿੰਦੀ ਜਾਵੇ ਵੀ ਪਿਆਰ ਦੇ ਦੇ। ਬੇਵਕੂਫ ਜਿਹਾ, ਬੜਾ ਬੇਵਕੂਫ ਬਈ। ਸੱਪ ਸੀ ਕਿ ਤੇਰਾ ਨਾਨਾ ਸੀ। ਓਏ ਓਏ ਯੂਸੀ, ਯੂਸੀ ਨੂੰ ਨਾ ਇੱਕ ਸੱਪ ਨੇ ਡੰਗ ਮਾਰਿਆ। ਹਾਂ, ਇੱਕ ਸੱਪ ਨੇ ਡੰਗ ਮਾਰਿਆ ਤੇ ਡੰਗ ਮਾਰ ਕੇ ਵਾਪਸ ਆਇਆ ਤੇ ਮੂੰਹ ਚ ਕਾਨੇ ਫਸੇ। ਆ ਯੂਸੀ ਨੂੰ ਇੱਕ ਸੱਪ ਲੜ ਗਿਆ ਤੇ ਯੂਸੀ ਸ਼ਾਮ ਨੂੰ ਉਦਾਸ ਬੈਠਾ, ਕਹਿੰਦਾ ਮੇਰੀ ਉਹਦੇ ਨਾਲ ਸੁਲਾ ਕਰਾ। ਸੱਪ ਨੇ ਇਹਨੂੰ ਲੜਨ ਦੀ ਤਿਆਰੀ ਕੀਤੀ ਤੇ ਆਪਣੇ ਕਬੀਲੇ ਕੋ ਪੁੱਛ ਰਿਹਾ, ਯੂਸੀ ਨੂੰ ਲੜਨਾ ਗਾ ਤਿਆਤੀ ਤਦਾਬੀਰ ਦੱਸ। ਯੂਸੀ ਤੋਂ ਬਾਅਦ ਮੈਨੂੰ ਯਾਦ ਆਇਆ, ਦੁੰਬੀ ਸਿਟੀ ਡਾਕਟਰ ਕੋਲ ਚਲ ਗਿਆ, ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਦਵਾਈ ਦਿਓ। ਉਹਨੇ ਦਵਾਈ ਦਿੱਤੀ, ਇਹਨੇ ਕਿਹਾ ਕੋਈ ਪਰਹੇਜ਼। ਉਹ ਇਹਦੇ ਹੱਲ ਵੇਖ ਕੇ ਕਹਿੰਦਾ, ਓਏ ਪਰਹੇਜ਼ ਕੋਈ ਨੀ, ਤੂੰ ਸਗੋਂ ਖਾ। ਚਾਚਾ ਲੈ ਦੇ ਗਿਆ ਵੀ, ਓਏ ਚਾਚਾ ਓਏ ਲੈ ਜਾਨੀ, ਪੈਸੇ ਤੇ ਨੀ ਮੰਗਣੇ। ਓਏ ਨਹੀਂ, ਅੱਜ ਬਹੁਤ ਮਜ਼ਾ ਹੈ, ਅੱਜ ਫਰੀ ਪਿਆ ਫਰੀ ਪਿਆ। ਬਾਬਾ ਵੀ ਡਾਕਟਰ ਬਣ ਗਿਆ ਉਸਤਾਦ ਜੀ, ਤੇ ਇੱਕ ਮਰੀਜ਼ ਨੂੰ ਆਣ ਕਹਿੰਦਾ ਮੈਨੂੰ ਬਾਬਾ ਜੀ ਚੈੱਕ ਕਰੋ, ਤੇ ਉਹਦੀਆਂ ਜੇਬੀਆਂ ਚੈੱਕ ਕਰ ਰਹੇ ਨੇ। ਨਾ ਕਰੋ ਯਾਰ ਨਾ ਕਰੋ। ਨਹੀਂ ਨਹੀਂ, ਕਰ ਲਓ ਕਰ ਲਓ ਤੁਸੀਂ, ਅੱਜ ਤੁਹਾਡਾ ਦਿਨ ਸੀ ਤੇ ਕੱਲ ਯੂਸੀ ਦਾ ਜਾਨੀ ਬਾਦਸ਼ਾਹ। ਓਕੇ ਠੀਕ ਹੈ ਫਿਰ, ਚੱਲ ਜਾ। ਬੜੀ ਅੱਛੀ ਗੱਲ, ਪਹਿਲੇ ਕੱਪ ਤੇ ਬਦੀਦ ਹੋ ਜਾਂਦਾ ਯਾਰ। ਚੱਲ ਯਾਰ ਜਾ, ਤੈਨੂੰ ਸੱਪ ਲੜੇ ਥੋੜੇ ਲੜ ਗਏ, ਤੈਨੂੰ ਜਿੰਨੇ ਸੱਪ ਲੜੇ ਆ ਇਹਨੇ ਕਦੀ ਕਿਸੇ ਨਹੀਂ ਲੜੇ। ਕੱਲ ਆਈ ਫਿਰ ਗੱਪ ਸੱਪ ਲਾਵਾਂਗੇ। ਓ ਬਸ ਖਾਂ ਸਾਬਾ, ਤੇ ਨਾ ਹੁਣ ਮੁਲਾਕਾਤਾਂ ਕਿਸੇ ਪੰਡਾਲ ਚ ਹੀ ਹੋਣਗੀਆਂ। ਮੈਂ ਕਿਹਾ ਸੱਪ ਸਪਾ ਸੱਪ ਸੱਪ ਹੇ ਜਿੰਮਾ ਲੋ। ਚਲਾ ਗਿਆ ਵੀ ਚਲਾ ਗਿਆ, ਬੜਾ ਸੱਪ ਲੜਾਇਆ। ਲੈ ਵੀ ਇਹਦੀ ਕੰਡ ਸੁਣਦੀ, ਇਹਨੂੰ ਇੱਕ ਸੱਪ ਲੜ ਗਿਆ। ਅੱਛਾ ਕੰਡ ਸੁਣਾ, ਆ ਕੰਡ ਚਲਾ ਗਿਆ। ਤੇ ਫੇਰ ਕੀ ਫਾਇਦਾ ਸੱਪ ਦਾਇਆ ਕਰਨਾ ਐਵੇਂ। ਖਾਂ ਸਾਹਿਬ ਨੂੰ ਲੜਾ ਦੇ ਫਿਰ, ਆਪਣੇ ਕੋਲ ਸੱਪ ਹੁਣ ਫਾਲਤੂ ਪਿਆ। ਲਓ ਜੀ ਚਾਚਾ ਜੀ, ਬਈ ਬਹੁਤ ਮਜ਼ਾ ਆਇਆ ਤੁਹਾਡਾ, ਯਕੀਨ ਮਾਨ ਬਈ ਐਸੀ ਐਸੀ ਤੁਸੀਂ ਗੱਲ ਕੀਤੀ ਆ ਕਿ ਮਜ਼ਾ ਆ ਗਿਆ, ਹੁਣ ਬਹਿਣਾ ਨਹੀਂ। ਚਲੋ ਚਾਹ ਦਾ ਘੁੱਟ ਪੀ ਲੈ। ਚਲੋ ਸ਼ਾਬਾਸ਼, ਚਲ ਠੀਕ ਆ, ਚਲੋ ਨਿਕਲੋ। ਖਾਨ ਸਾਹਿਬ ਬਈ ਕੀ ਕਹਿੰਦੇ, ਅੱਜ ਮਜ਼ਾ ਆ ਗਿਆ, ਅੱਜ ਦੀ ਨਿਸ਼ਿਸ਼ਤ ਦਾ, ਨਿਸ਼ਿਸ਼ਤ ਦਾ, ਇਧਰ ਆ ਜਾਓ, ਮਜ਼ਾ ਆ ਗਿਆ ਨਿਸ਼ਿਸ਼ਤ ਦਾ। ਯਕੀਨ ਕਰ ਬਈ ਮੈਨੂੰ ਜਿੰਨਾ ਕੁ ਤੇਰੀ, ਜਿੰਨਾ ਕੁ ਮੈਨੂੰ ਤੇਰੀਆਂ ਜੁਗਤਾਂ ਦਾ ਮਜ਼ਾ ਆਇਆ ਨਾ ਖਾਨ ਸਾਹਿਬ, ਤਾਂ ਮੇਰੀ ਹੋਰ ਇੱਜ਼ਤ ਮੇਰੇ ਦਿਲ 'ਚ ਤੇਰੀ ਵੱਧ ਗਈ। ਯਕੀਨ ਕਰ, ਅਦਬ ਤੇ ਕਰਨ ਡਿਆ। ਨਹੀਂ ਨਹੀਂ, ਬਹੁਤ ਕਸਮ ਹੈ ਬਈ, ਚੱਲ। ਓ ਹੋ ਹੋਏ ਹੋਏ ਹੋਏ। ਹਾਂ ਬਈ, ਛੋਟੇ ਉਸਤਾਦ ਜੀ, ਆ ਬੰਦ ਕਰ ਲਿਓ ਫਿਰ। ਮੁੱਕ ਗਿਆ ਬਸ, ਉਹ ਚਲਾ ਦੇ ਮਿਊਜ਼ਿਕ ਖਤਮ ਹੋਣ ਵਾਲਾ।